ਪੰਜਾਬ ਸਰਕਾਰ ਦੁਆਰਾ ਅਮਰਦੀਪ ਸਿੰਘ ਖੰਨਾ ਸੀਨੀਅਰ ਕੌਂਸਲਰ ਨਾਭਾ ਨੂੰ ਇੰਪਰੂਵਮੈਂਟ ਟਰੱਸਟ ਨਾਭਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਨੂੰ ਲੈ ਕੇ ਖੰਨਾ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ। ਅਮਰਦੀਪ ਸਿੰਘ ਖੰਨਾ ਲਗਾਤਾਰ 35 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਕੌਂਸਲਰ ਬਣਦੇ ਆ ਰਹੇ ਨੇ। ਅਮਰਦੀਪ ਖੰਨਾ ਨੂੰ ਕਾਂਗਰਸ ਪਾਰਟੀ ਵੱਲੋਂ 35 ਸਾਲ ਬਾਅਦ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨੀ ਦਾ ਅਹੁਦਾ ਦਿੱਤਾ ਗਿਆ। ਇਸ ਸੰਬੰਧੀ ਅਮਰਦੀਪ ਸਿੰਘ ਖੰਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਅਤੇ ਮਹਾਰਾਣੀ ਪ੍ਰਨੀਤ ਕੌਰ ਦਾ ਦਿਲੋਂ ਧੰਨਵਾਦ ਕਰਦਾ ਹਾਂ। ਉਹਨਾਂ ਨੇ ਕਿਹਾ ਕਿ ਮੈਨੂੰ ਅੱਜ ਤੱਕ ਕਿਸੇ ਵੀ ਲੀਡਰ ਵੱਲੋਂ ਐਡਾ ਵੱਡਾ ਮਾਣ ਸਤਿਕਾਰ ਨਹੀਂ ਦਿੱਤਾ ਗਿਆ। ਖੰਨਾ ਨੇ ਨਗਰ ਕੌਂਸਲਰ ਪ੍ਰਧਾਨ ਰਜਨੀਸ਼ ਕੁਮਾਰ ਸ਼ੈਟੀ ਦਾ ਵੀ ਧੰਨਵਾਦ ਕੀਤਾ। ਖੰਨਾ ਨੇ ਕਿਹਾ ਕਿ ਪਾਰਟੀ ਦੀ ਸੇਵਾ ਵਿੱਚ ਉਹ ਦਿਨ ਰਾਤ ਹਾਜ਼ਰ ਰਹਿਣਗੇ। ਇਸ ਸੰਬੰਧੀ ਅਮਰਦੀਪ ਖੰਨਾ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਸੀਂ ਪਾਰਟੀ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਰਿਵਾਰਕ ਮੈਂਬਰ ਨੂੰ ਵੱਡਾ ਮਾਣ ਸਤਿਕਾਰ ਦਿੱਤਾ। ਜ਼ਿੰਦਗੀ ਦਾ ਅਹਿਮ ਦਿਨ ਹੈ ਕਿਉਂਕਿ ਸਰਦਾਰ ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਮੇਰੀ ਕਦਰ ਪਾਈ ਹੈ। ਮੈਂ 35 ਸਾਲ ਤੋਂ ਕਾਂਗਰਸ ਦੀ ਸੇਵਾ ਕਰਦਾ ਆ ਰਿਹਾ ਪਰ ਮੇਰੀ ਕਦਰ ਕਿਸੇ ਨੇ ਪਾਈ ਨਹੀਂ ਤੀ। ਮੇਰੀ ਕਦਰ ਪਾਈ ਆ ਮਹਾਰਾਣੀ ਪ੍ਰਨੀਤ ਕੌਰ ਨੇ, ਸਰਦਾਰ ਸਾਧੂ ਸਿੰਘ ਨੇ, ਜਿਹਨੇ ਮੇਰੀ ਲਈ ਸਿਫਾਰਸ਼ ਕਰਕੇ ਕੱਲ੍ਹ ਸਾਡੇ ਸਤਿਕਾਰਯੋਗ ਕੈਬਨਿਟ ਸਾਡੇ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਨੂੰ ਮੇਰੇ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਦਾ ਹੁਕਮ ਕਰਾ ਕੇ ਅੱਜ ਮੇਰੀ ਨੋਟੀਫਿਕੇਸ਼ਨ ਕਰਾਈ ਹੈ। ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ। ਮੈਂ, ਮੇਰਾ ਪਰਿਵਾਰ, ਮੇਰੇ ਦੋਸਤ ਆ ਸਾਰੇ ਖੜ੍ਹੇ ਨੇ। ਮੇਰਾ ਵਾਰਡ ਸਰਦਾਰ ਸਾਧੂ ਸਿੰਘ ਦਾ ਹਮੇਸ਼ਾ ਹੀ ਰਿਣੀ ਰਹੂਗਾ ਜਿਸ ਤਰ੍ਹਾਂ ਉਹਨਾਂ ਨੇ ਮੇਰੇ 'ਤੇ ਮਾਣ ਰੱਖਿਆ। ਮੈਂ ਧੰਨਵਾਦ ਹਾਂ ਰਜਨੀਸ਼ ਕੁਮਾਰ ਮਿੱਤਰ ਸ਼ੈਂਟੀ ਦਾ ਜਿਹਨੇ ਮੇਰੀ ਸਿਫਾਰਸ਼ ਕੀਤੀ ਔਰ ਸਮੇਂ ਮੇਰੇ ਨਾਲ ਚੰਡੀਗੜ੍ਹ ਜਾ ਕੇ ਮੇਰੀ ਨੋਟੀਫਿਕੇਸ਼ਨ ਕਰਾਈ। ਅੱਜ ਅਸੀਂ ਬਹੁਤ ਖੁਸ਼ ਹਾਂ ਜੀ, ਬਹੁਤ ਸਾਲਾਂ ਤੋਂ ਬਾਅਦ ਅੱਜ ਮਿਹਨਤ ਦਾ ਫਲ ਮਿਲਿਆ ਮੇਰੇ ਦੇਵਰ ਨੂੰ। ਬਹੁਤ ਸਾਲਾਂ ਤੋਂ ਮਿਹਨਤ ਕਰਦਾ ਆ ਰਿਹਾ ਸੀ, ਅੱਜ ਪਾਰਟੀ ਨੇ ਸਾਧੂ ਸਿੰਘ ਜੀ ਦੇ ਬਹੁਤ ਇਹਨਾਂ ਨੂੰ ਮਾਣ ਬਖਸ਼ਿਆ, ਬਹੁਤ ਮਿਹਨਤ ਇਹਨਾਂ ਦੀ ਦਾ ਫਲ ਬਖਸ਼ਿਆ। ਅਸੀਂ ਬਹੁਤ ਖੁਸ਼ ਹਾਂ ਕਿ ਉਹਨਾਂ ਨੇ ਮੇਰੇ ਫਾਦਰ ਇਨ ਲਾਅ ਨੂੰ ਬਹੁਤ ਰਿਸਪੈਕਟ ਕੀਤੀ ਹੈ, ਇਹਨਾਂ ਨੂੰ ਚੇਅਰਮੈਨ ਬਣਾਇਆ। ਇੰਨੇ ਸਾਲਾਂ ਤੋਂ ਉਹ ਮਿਹਨਤ ਕਰਦੇ ਆਉਂਦੇ ਹੈ ਤਾਂ ਬਹੁਤ ਟਾਈਮ ਬਾਅਦ ਇਹਨਾਂ ਨੇ ਧਰਮਸੋਤ ਸਾਧੂ ਸਿੰਘ ਜੀ ਨੇ ਉਹਨਾਂ ਨੇ ਮਿਹਨਤ ਦਾ ਫਲ ਇਹਨਾਂ ਨੂੰ ਦਿੱਤਾ। ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਾਂਗਰਸ ਪਾਰਟੀ ਤੋਂ ਵੱਲੋਂ, ਸਾਡੇ ਵਾਸਤੇ, ਸਾਰੇ ਭਾਈਆਂ ਵਾਸਤੇ, ਸਾਰੇ ਪਰਿਵਾਰ ਵਾਸਤੇ ਬਹੁਤ ਖੁਸ਼ਖਬਰੀ ਦਾ ਦਿਨ ਚੜ੍ਹਿਆ। ਅੱਜ ਖੰਨਾ ਜੀ ਨੂੰ ਪਰਮਾਤਮਾ ਨੇ ਇਸ ਗੱਲ ਦੀ ਖੁਸ਼ੀ ਬਖਸ਼ੀ ਹੈ ਕਿ ਚੇਅਰਮੈਨ ਬਣਾਇਆ ਮਤਲਬ ਪਰਮਨੈਂਟ ਟੈਸਟ ਦਾ, ਜਿਹਦੇ ਵਾਸਤੇ ਸਾਡੇ ਮਨ 'ਚ ਮਤਲਬ ਕਿ ਸੁਣ ਕੇ ਸਭ ਦੇ ਦਿਲਾਂ 'ਚ ਇੱਕਦਮ ਮਤਲਬ ਕਿ ਜਿਹੜਾ ਹੈ ਖੂਨ ਦਾ ਉਬਾਲ ਆਇਆ, ਬੜੀ ਖੁਸ਼ੀ ਪੈਦਾ ਹੋਈ ਹੈ ਇਸ ਗੱਲ ਦੀ। ਅਤੇ ਮੈਂ ਧੰਨਵਾਦੀ ਹਾਂ ਮੇਰੇ ਮੰਤਰੀ ਜੀ ਦਾ, ਆਪਣੇ ਜਿਹੜੇ ਮਤਲਬ ਕੈਬਨਿਟ ਮੰਤਰੀ ਮਤਲਬ ਕਿ ਆਪਣੇ ਪੰਜਾਬ ਆਪਣੇ ਸਾਧੂ ਸਿੰਘ ਜੀ ਦਾ, ਕਿ ਸਾਡੇ ਹਰ ਵੇਲੇ ਬੇਨਤੀ ਕਰਨ ਦੇ ਬਾਵਜੂਦ ਉਹਨਾਂ ਦਾ ਸਾਡਾ ਇੱਕ ਨਾਲ ਇੱਕੋ ਪ੍ਰੋਮਿਸ ਸੀਗਾ ਕਿ ਤੁਸੀਂ ਕਦੇ ਇਸ ਗੱਲ ਦਾ ਫਿਕਰ ਨਾ ਕਰਿਓ। ਖੰਨਾ ਜੀ ਮੇਰੇ ਵਾਸਤੇ ਮੇਰੀ ਜਾਨ ਨੇ ਔਰ ਖੰਨਾ ਜੀ ਨੂੰ ਮੈਂ ਉਸ ਅਹੁਦੇ 'ਤੇ ਰੱਖੂੰਗਾ ਜਿਸ ਅਹੁਦੇ 'ਤੇ ਤੁਸੀਂ ਕਦੇ ਸੋਚ ਵੀ ਨਹੀਂ ਸਕੋਗੇ। ਤਾਂ ਮੈਂ ਅੱਜ ਧੰਨਵਾਦ ਹੀ ਕਰਦਾ ਉਹਨਾਂ ਦਾ, ਤਹਿ ਦਿਲੋਂ ਸ਼ੁਕਰਗੁਜ਼ਾਰ ਗੁਜ਼ਾਰਾਂ ਉਹਨਾਂ ਦਾ ਕਿ ਅੱਜ ਸਾਡੇ ਸਿਰ 'ਤੇ ਤਾਜ ਰੱਖਿਆ ਔਰ ਅਸੀਂ ਬਹੁਤ ਇਸ ਗੱਲੋਂ ਖੁਸ਼ ਹਾਂ। ਔਰ ਮੈਂ ਨਾਭੇ ਵਾਸੀਆਂ ਵੱਲੋਂ ਸਭ ਨੂੰ ਇਸ ਗੱਲ ਦੀ ਵਧਾਈ ਦਿੰਦਾ। ਆਵਾਜ਼ੀ ਕੌਮ ਟੀਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।